ਭਾਜਪਾ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਦੇ ਸੰਪਰਕ 'ਚ ਹੈ ਅਤੇ 25 ਕਰੋੜ ਰੁਪਏ ਦੇਣ ਦੀ ਗੱਲ ਵੀ ਕਰ ਰਹੀ ਹੈ ਆਪ ਦੇ ਵਿਧਾਇਕ ਖਰੀਦ ਦੇ ਸਰਕਾਰ ਡੇਗਣ ਦੀ ਕੋਸ਼ਿਸ਼ ਹੀ ਹੁਣ ਕੀਤੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਇਹ ਦੋਸ਼ ਲਾਈ ਨੇ ਅਰਵਿੰਦ ਕੇਜਰੀਵਾਲ ਨੇ ਫੇਸਬੁਕ ਤੇ ਇੱਕ ਲੰਮੀ ਪੋਸਟ ਲਿਖੀ ਹੈ ਜਿਹਦੇ ਵਿੱਚ ਬਹੁਤ ਸਾਰੀ ਗੱਲਾਂ ਉਹਨਾਂ ਨੇ ਲਿਖੀਆਂ ਨੇ ਕੇਜਰੀਵਾਲ ਦਾ ਕਹਿਣਾ ਇਹ ਹੈਗਾ ਕਿ ਹਾਲ ਹੀ ਦੇ ਵਿੱਚ ਉਹਨਾਂ ਨੇ ਸਾਡੇ ਦਿੱਲੀ ਦੇ 7 ਵਿਧਾਇਕਾਂ ਦੇ ਨਾਲ ਸੰਪਰਕ ਕੀਤਾ ਅਤੇ ਆਖਿਆ ਹੈ ਕਿ ਅਸੀਂ ਕੁਝ ਦਿਨ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਵਿਧਾਇਕਾਂ ਨੂੰ ਤੋੜਾਂਗੇ ਅਤੇ 21 ਵਿਧਾਇਕਾਂ ਨਾਲ ਗੱਲਬਾਤ ਹੋ ਚੁੱਕੀ ਹੈ ਸਾਡੀ ਹੋਰਾਂ ਦੇ ਨਾਲ ਵੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਕ ਦਵਾਂਗੇ ਤੁਸੀਂ ਵੀ ਆ ਜਾਓ 25 ਕਰੋੜ ਰੁਪਏ ਦੇਵਾਂਗੇ ਨਾਲ ਭਾਜਪਾ ਦੀ ਟਿਕਟ ਚੋਣ ਲੜੂਗੇ ਹਾਲਾਂਕਿ ਉਹਨਾਂ ਦਾ ਦਾਵਾ ਇਹ ਹੈਗਾ ਹੈ ਕਿ ਉਹਨਾਂ ਨੇ 21 ਵਿਧਾਇਕਾਂ ਨੂੰ ਸੰਪਰਕ ਕੀਤਾ ਪਰ ਸਾਡੀ ਜਿਹੜੀ ਜਾਣਕਾਰੀ ਹੈ ਉਹਦੇ ਹਿਸਾਬ ਨਾਲ ਉਹਨਾਂ ਨੇ ਹਜੇ ਤੱਕ ਸਿਰਫ 7 ਵਿਧਾਇਕਾਂ ਦੇ ਨਾਲ ਹੀ ਸੰਪਰਕ ਕੀਤਾ ਇਹ ਸਾਰੀਆਂ ਗੱਲਾਂ ਅਰਵਿੰਦ ਕੇਜਰੀਵਾਲ ਨੇ ਆਪਣੇ ਇਸ ਪੋਸਟ ਦੇ ਵਿੱਚ ਲਿਖੀ ਤੇ ਉਹਨਾਂ ਨੇ ਕਿਹਾ ਕਿ ਕਈ ਵਾਰ